ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਇੱਕ ਹੋਰ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਇਸ ਵੀਡੀਓ ਦੇ ਵਿੱਚ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੁਹਾਨੂੰ ਰਿਕਵੈਸਟ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸੋ ਗੱਲ ਕਰਦੇ ਹਾਂ ਜੀ ਪਹਿਲੀ ਖਬਰ ਦੀ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਸਬਜੀ ਵੇਚਣ ਵਾਲੇ ਨੂੰ ਹੋਇਆ ਕਰੋਨਾ 2000 ਲੋਕਾਂ ਨੂੰ ਕੀਤਾ ਗਿਆ ਕਵੈਂਟ੍ਰੀਨ ਸੋ ਇਹ ਖਬਰ ਨਿਕਲ ਕੇ ਆ ਰਹੀ ਹੈ ਜੀ ਆਗਰਾ ਸ਼ਹਿਰ ਤੋਂ ਜਿੱਥੇ ਕਰੋਨਾ ਦੇ ਪੀੜਤ ਮਰੀਜ਼ਾਂ ਦੀ ਗਿਣਤੀ ਚ ਤੇਜ਼ੀ ਦੇ ਨਾਲ ਵਧਾ ਹੋ ਰਿਹਾ ਹੈ ਸ਼ਨੀਵਾਰ ਨੂੰ ਸ਼ਹਿਰ ਦੇ ਅੰਦਰ ਕਰੋਨਾ ਦੇ 45 ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਨਾਲ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਸੂਬੇ ਦੇ ਵਿੱਚ ਸਭ ਤੋਂ ਜ਼ਿਆਦਾ ਹੋ ਗਈ ਹੈ ਜੀ ਤੇ ਦੱਸਣਯੋਗ ਹੈ ਕਿ ਇਸ ਦੌਰਾਨ ਇੱਕ ਖਬਰ ਆਈ ਹੈ ਕਿ ਇੱਥੇ ਚਮਨ ਲਾਲ ਬਾੜੇ ਇਲਾਕੇ ਦੇ ਵਿੱਚ ਇੱਕ ਸਬਜ਼ੀ ਵੇਚਣ ਵਾਲੇ ਨੂੰ ਕਰੋਨਾ ਪੋਜ਼ਿਟਿਵ ਆਇਆਗਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਭਾਜੜ ਚੂ ਇਲਾਕੇ ਨੂੰ ਸੀਲ ਕਰਦੇ ਹੋਏ 2000 ਲੋਕਾਂ ਨੂੰ ਹੋਮ ਕਵਾਰਟਨ ਕਰ ਦਿੱਤਾ ਤੇ ਦੱਸਣਯੋਗ ਹੈ ਕਿ ਸਬਜ਼ੀ ਵਾਲਾ ਇਸ ਤੋਂ ਪਹਿਲਾਂ ਆਟੋ ਚਲਾਉਂਦਾ ਸੀ ਤੇ ਲਾਕਡਾਊਨ ਚੋਂ ਆਪਣਾ ਘਰ ਚਲਾਉਣ ਦੇ ਲਈ ਉਹ ਸਬਜ਼ੀ ਵੇਚਣ ਦਾ ਕੰਮ ਕਰਨ ਲੱਗਾ ਤੇ ਪ੍ਰਸ਼ਾਸਨ ਹੁਣ ਉਸ ਦੇ ਸੰਪਰਕ ਚੋਂ ਆਏ ਲੋਕਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪ੍ਰਸ਼ਾਸਨ ਦੇ ਸਾਹਮਣੇ ਵੱਡੀ ਚੁਣੌਤੀ ਇਹ ਹੈ ਕਿ ਪਤਾ ਲਗਾਏ ਕਿ ਉਸ ਨੂੰ ਕਰੋਨਾ ਸਬਜੀ ਵਿੱਚੰ ਦੌਰਾਨ ਹੋਇਆ ਸੀ ਜਾਂ ਆਟੋ ਚਲਾਉਣ ਦੇ ਸਮੇਂ ਜਿਸ ਤੇ ਆਧਾਰ ਤੇ ਹੀ ਲੋਕਾਂ ਨੂੰ ਟ੍ਰੇਸ ਕੀਤਾ ਜਾ ਸਕਦਾ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਚੋਂ ਜਿੱਥੇ 10 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਆ ਜੀ ਤੇ ਚੰਡੀਗੜ੍ਹ ਚੋਂ ਵੀ 3 ਕੇ ਸਾਹਮਣੇ ਆਏ ਤੇ 244 ਤੱਕ ਜਿਹੜਾ ਅੰਕੜਾ ਪੁੱਜ ਚੁੱਕਾ ਹੈ ਜੀ ਟੋਟਲ ਕੇਸਾਂ ਦਾ ਪੰਜਾਬ ਦੇ ਵਿੱਚ ਤੇ ਪੰਜਾਬ ਚੋਂ 3 ਮਈ ਤੱਕ ਟੋਲ ਪਲਾਜ਼ਾ ਤੇ ਵਸੂਲੀ ਨਹੀਂ ਕੀਤੀ ਜਾਏਗੀ ਸੋ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਘਲਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਵੱਲੋਂ ਸਾਰੇ ਸਟੇਟ ਟੋਲ ਪਲਾਜ਼ਾ ਤੇ ਉਗਰਾਹੀ ਦੀ ਮੁਤਲੀ ਮਿਆਦ ਦੇ ਵਿੱਚ 3 ਮਈ ਤੱਕ ਵਾਅਦਾ ਕਰ ਦਿੱਤਾ ਉਹਨਾਂ ਨੇ ਦੱਸਿਆ ਕਿ 27 ਮਾਰਚ ਨੂੰ ਉਗਰਾਹੀ ਪ੍ਰਕਿਰਿਆ ਨੂੰ ਤਾਲਾਬੰਦੀ ਦੀ ਸੀਮਾ ਤੱਕ ਰੋਕ ਦਿੱਤਾ ਗਿਆ ਸੀ ਪਰ ਹੁਣ ਟੋਲ ਪਲਾਜ਼ਾ 3 ਮਈ ਤੱਕ ਬੰਦ ਰਹਿਣਗੇ ਕਿਉਂਕਿ ਵਾਇਰਸ ਦੇ ਫਲਾ ਨੂੰ ਰੋਕਣ ਦੇ ਲਈ ਦੇਸ਼ ਵਿਆਪੀ ਤਾਲਾਬੰਦੀ ਦੇ ਵਿੱਚ ਵਾਅਦਾ ਕਰ ਦਿੱਤਾ ਤੇ ਸੂਬਾ ਸਰਕਾਰ ਦੇ ਅਧੀਨ ਤੇਈ ਟੋਲ ਪਲਾਜ਼ਾ ਚੱਲ ਰਹੇ ਹਨ ਤੇ ਕੇਂਦਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਐਨ ਐਚ ਆਈ ਅਧੀਨ ਆਉਂਦੇ ਟੋਲ ਪਲਾਜ਼ਾ ਤੇ 20 ਅਪ੍ਰੈਲ ਤੋਂ ਉਗਰਾਹੀ ਕਰਨ ਦਿੱਤੀ ਜਾਏਗੀ ਜਿੱਥੇ ਰੋਜ਼ਾਨਾ ਯਾਤਰੀਆਂ ਨੂੰ ਟੈਕਸ ਅਦਾ ਕਰਨਾ ਪਏਗਾ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਅੱਡੀ ਖਬਰ ਆ ਰਹੀ ਹੈ ਜੀ 7 ਦਿਨਾਂ ਦੇ ਅੰਦਰ ਠੀਕ ਹੋਣਗੇ ਕਰੋਨਾ ਦੇ ਮਰੀਜ਼ ਜੰਗ ਜਿੱਤ ਚੁੱਕੇ ਲੋਕਾਂ ਦੇ ਰਾਹੀ ਹੋਵੇਗਾ ਇਲਾਜ ਜੀ ਪੂਰੀ ਦੁਨੀਆ 'ਚ ਤਬਾਹੀ ਮਚਾ ਰਹੀ ਕਰੋਨਾ ਵਰਗੀ ਭਿਆਨਕ ਮਹਾਮਾਰੀ ਨਾਲ ਪੀੜਤ ਲੋਕ ਹੁਣ 7 ਦਿਨਾਂ ਦੇ ਅੰਦਰ ਠੀਕ ਹੋ ਜਾਣਗੇ ਤੇ ਇਹਨਾਂ ਲੋਕਾਂ ਦਾ ਇਲਾਜ ਕਰੋਨਾ ਦੀ ਜੰਗ ਜਿੱਤ ਚੁੱਕੇ ਲੋਕਾਂ ਦੇ ਮਾਧਿਅਮ ਦੇ ਨਾਲ ਕੀਤਾ ਜਾਵੇਗਾ ਤੇ ਵਾਇਰਸ ਤੋਂ ਉੱਭਰ ਚੁੱਕੇ ਚੰਡੀਗੜ੍ਹ ਦੇ ਲੋਕ ਆਉਣ ਵਾਲੇ 7 ਦਿਨਾਂ ਦੇ ਅੰਦਰ ਆਪਣਾ ਪਲਾਜ਼ਮਾ ਡੋਨੇਟ ਕਰ ਸਕਣਗੇ ਤੇ ਉਹਨਾਂ ਦੇ ਸਰੀਰ ਚ ਕਰੋਨਾ ਨੂੰ ਹਰਾਉਣ ਤੋਂ ਬਾਅਦ ਬਣੀ ਐਂਟੀਬਾਡੀਜ਼ ਬਿਮਾਰੀ ਲੋਕਾਂ ਦੇ ਲਈ ਰਾਮਬੰਦ ਦਾ ਕੰਮ ਕਰੇਗੀ ਤੇ ਇਹ ਐਂਟੀਬਾਡੀਜ਼ ਇਨਫੈਕਟਡ ਲੋਕਾਂ ਦੇ ਸਰੀਰ ਵਿੱਚ ਜਾ ਕੇ ਉਨ੍ਹਾਂ ਦੇ ਡਿਫੈਂਸ ਸਿਸਟਮ ਨੂੰ ਮਜ਼ਬੂਤ ਬਣਾਇਆ ਗਿਆ ਤੇ ਵਾਇਰਸ ਦੀ ਫੂਕ ਕੱਢ ਦੇਵੇਗੀ ਪੀਜੀਆਈ ਦੇ ਡਾਕਟਰਾਂ ਦੀ ਮੰਨੀ ਹੈ ਤਾਂ ਕਰੋਨਾ ਨੂੰ ਹਰਾਉਣ ਤੋਂ ਬਾਅਦ 28 ਦਿਨਾਂ ਚੁ ਸਰੀਰ ਚ ਖਾਸ ਕਿਸਮ ਦਾ ਐਂਟੀਬਾਡੀਜ਼ ਬਣਦੀ ਹੈ ਤੇ ਇਹ ਐਂਟੀਬਾਡੀਜ਼ ਬਿਮਾਰ ਵਿਅਕਤੀ ਨੂੰ 3 ਤੋਂ ਲੈ ਕੇ 7 ਦਿਨਾਂ ਚੁ ਠੀਕ ਕਰ ਸਕਦੀ ਹੈ ਤੇ ਇਹ ਪਲਾਜ਼ਮਾ ਥੈਰੇਪੀ ਹੈ ਜਿਸ ਦਾ ਇਸਤੇਮਾਲ ਹੁਣ ਚੰਡੀਗੜ੍ਹ ਚ ਕਰੋਨਾ ਮਰੀਜ਼ਾਂ ਦੇ ਇਲਾਜ ਦੇ ਲਈ ਨਿਊ ਡਰੱਗ ਦੇ ਤੌਰ ਤੇ ਕੀਤਾ ਜਾਵੇਗਾ ਤੇ ਪੀਜੀਆਈ ਨੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਦੇ ਨਿਰਦੇਸ਼ਾਂ ਤੋਂ ਬਾਅਦ ਮਰੀਜ਼ਾਂ ਦਾ ਪਲਾਜ਼ਮਾ ਥੈਰੇਪੀ ਦੇ ਨਾਲ ਇਲਾਜ ਕਰਨ ਦੀ ਤਿਆਰੀ ਕਰ ਲਈ ਹੈ ਤੇ ਪੀਜੀਆਈ ਬਲੱਡ ਟ੍ਰਾਂਸਫਿਊਜ਼ਨ ਇੰਟਰਨਲ ਮੈਡੀਸਨ ਕਮਿਊਨਿਟੀ ਮੈਡੀਸਨ ਵਾਇਰੋਲੋਜੀ ਅਤੇ ਪਲਮੋਨਰੀ ਮੈਡੀਸਨ ਵਿਭਾਗ ਦੇ ਮਾਹਰਾਂ ਦਾ ਪੈਨਲ ਬਣਾਇਆ ਜਾ ਰਿਹਾ ਹੈ ਜੋ ਤੈਅ ਕਰਨਗੇ ਕਿ ਕਿਸ ਮਰੀਜ਼ ਦਾ ਇਲਾਜ ਥੈਰੇਪੀ ਨਾਲ ਕੀਤਾ ਜਾਵੇ ਇਸ ਲਈ ਸਿਹਤਮੰਦ ਹੋਏ ਡੋਨਰ ਦੀ ਲਿਸਟ ਵੀ ਤਿਆਰ ਕਰ ਲਈ ਗਈ ਹੈ ਤੇ ਸਿਰਫ ਆਈਸੀਯੂ ਚ ਗੰਭੀਰ ਤੌਰ ਤੇ ਇਨਫੈਕਟਡ ਮਰੀਜ਼ਾਂ ਨੂੰ ਹੀ ਪਲਾਜ਼ਮਾ ਦਿੱਤਾ ਜਾਵੇਗਾ ਡੋਨਰ ਦਾ ਖੂਨ ਲੈ ਕੇ ਉਸ ਚ ਪਲਾਜ਼ਮਾ ਕੱਢੇ ਜਾ ਸਕਦੇ ਹਨ ਸੋ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਆ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਤਸਵੀਰਾਂ ਕੁੱਝ ਸਾਹਮਣੇ ਆਈਆਂ ਨੇ ਜੀ ਬੂਰੀ ਦੇ ਵਿੱਚ ਲਪੇਟ ਕੇ ਸੁੱਟਿਆ ਨਵਜੰਮਿਆ ਬੱਚਾ ਸੋ ਸ਼ੇਰਪੁਰਾ ਤੋਂ ਖਬਰ ਆ ਰਹੀ ਆ ਜੀ ਮਹਿਲਕਲਾ ਦੇ ਅਧੀਨ ਪੈਂਦੇ ਪਿੰਡ ਪੰਡੋਰੀ ਦੇ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਦੇਖਣ ਨੂੰ ਮਿਲੀ ਅੱਜ ਜਿੱਥੇ ਇੱਕ ਅਣਪਛਾਤੇ ਵਿਅਕਤੀ ਨੇ ਇੱਕ ਨਵਜੰਮੇ ਲੜਕੇ ਨੂੰ ਪਲਾਸਟਿਕ ਦੀ ਬੂਰੀ ਦੇ ਵਿੱਚ ਪਾ ਕੇ ਪਿੰਡ ਦੇ ਛੱਪੜ ਦੇ ਕਿਨਾਰੇ ਸੁੱਟ ਦਿੱਤਾ ਰੋਣ ਦੀਆਂ ਆਵਾਜ਼ਾਂ ਸੁਣ ਬੂਰੀ ਚੋਂ ਬੱਚਾ ਕੱਢਿਆ ਤੇ ਇਸ ਦੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਪੰਡੋਰੀ ਦੇ ਸਾਬਕਾ ਪੰਚ ਨਿਰਮਲ ਸਿੰਘ ਪੰਡੋਰੀ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ 7 ਵਜੇ ਦੇ ਕਰੀਬ ਉਸ ਦੇ ਸਾਹਮਣੇ ਵਾਪਰੀ ਜਦੋਂ ਪਿੰਡ ਦੇ ਛੱਪੜ ਕਿਨਾਰੇ ਝੁੱਗੀਆਂ ਝੌਂਪੜੀਆਂ ਵਾਲਿਆਂ ਦਾ ਲੜਕਾ ਲੀਰਾ ਪਲਾਸਟਿਕ ਆਦ ਦਾ ਸਮਾਨ ਚੁੱਕਣ ਲਈ ਆਇਆ ਤੇ ਉਸ ਨੇ ਬੱਚੇ ਦੀ ਰੋਣ ਦੀ ਆਵਾਜ਼ ਬੋਰੀ ਚੋਂ ਆਉਂਦਿਆ ਸੁਣੀ ਤਾਂ ਇਹ ਬੋਰੀ ਇੱਕ ਸਾਈਡ ਤੋਂ ਫੱਟੀ ਹੋਈ ਸੀ ਇਸ ਨੌਜਵਾਨ ਨੇ ਇਸ ਦੀ ਜਾਣਕਾਰੀ ਛੱਪੜ ਦੇ ਨੇੜੇ ਲੰਘ ਰਹੇ ਜਗਮੋਹਨ ਸਿੰਘ ਪੁੱਤਰ ਬਲਜੀਤ ਸਿੰਘ ਅਤੇ ਹਰਦੀਪ ਸਿੰਘ ਫੌਜੀ ਨੂੰ ਦਿੱਤੀ ਜਿਸ ਤੋਂ ਬਾਅਦ ਦੋਹਾਂ ਨੇ ਤੁਰੰਤ ਬੱਚੇ ਨੂੰ ਬੋਰੀ ਚੋਂ ਕੱਢਿਆ ਤੇ ਜਗਮੋਹਨ ਸਿੰਘ ਦੇ ਘਰ ਲੈ ਗਏ ਕੀ ਕਹਣਾ ਹੈ ਪੁਲਿਸ ਅਧਿਕਾਰੀਆਂ ਦਾ ਨਿਰਮਲ ਸਿੰਘ ਪੰਡੋਰੀ ਨੇ ਦੱਸਿਆ ਕਿ ਉਹਨਾਂ ਨੇ ਇਸ ਦੇ ਸਬੰਧੀ ਸਭ ਤੋਂ ਪਹਿਲਾਂ ਐਸ ਐਚ ਓ ਮਹਿਲਕਲਾ ਰਖਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਜਿੰਦਰ ਸਿੰਘ ਮਹਿਲਕਲਾ ਨੂੰ ਦਿੱਤੀ ਤੋ ਉਹ ਤੁਰੰਤ ਕਾਰਵਾਈ ਕਰਦਿਆਂ ਮੌਕੇ ਤੇ ਪੁੱਜੇ ਤੇ ਸਿਹਤ ਵਿਭਾਗ ਦੀ ਆਸ਼ਾ ਵਰਕਰ ਪਰਮਿੰਦਰ ਕੌਰ ਨੂੰ ਨਾਲ ਲੈ ਕੇ ਬੱਚੇ ਨੂੰ ਐਂਬੂਲੈਂਸ ਦੇ ਰਾਹੀਂ ਸਿਵਲ ਹਸਪਤਾਲ ਮਹਿਲਕਲਾ ਵਿਖੇ ਲਿਆਂਦਾ ਗਿਆ ਤੇ ਜਿਸ ਦੀ ਮੁੱਢਲੀ ਜਾਂਚ ਕਰਨ ਤੋਂ ਬਾਅਦ ਬੱਚਾ ਬਿਲਕੁਲ ਤੰਦਰੁਸਤ ਪਾਇਆ ਗਿਆ ਸੋ ਇਸ ਮੌਕੇ ਤੇ ਡੀਐਸਪੀ ਪਰਮਿੰਦਰ ਸਿੰਘ ਪੁੱਜੇ ਤੇ ਉਹਨਾਂ ਨੇ ਸਾਰੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕੀਤੀ ਐਸਐਚਓ ਮਹਿਲਕਲਾ ਲਖਵਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਸਬੰਧੀ ਨੇੜਲੇ ਸੀਸੀਟੀਵੀ ਕੈਮਰੇ ਦੀ ਜਾਂਚ ਪੜਤਾਲ ਤੋਂ ਕਰਨ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਤੇ ਬੱਚਾ ਡਾਕਟਰਾਂ ਦੀ ਨਿਗਰਾਨੀ ਦੇ ਹੇਠ ਰੱਖਿਆ ਗਿਆ ਸੋ ਇੱਥੇ ਸਾਡੇ ਸਰੋਤਿਆਂ ਦੇ ਲਈ ਇੱਕ ਸਵਾਲ ਬਣਦਾ ਹੈ ਕੀ ਗੱਲ ਹੁਣ ਲੋਕ ਬੱਚਿਆਂ ਨੂੰ ਵੀ ਇਦਾਂ ਛੁੱਟਣਗੇ ਇਨਸਾਨੀਅਤ ਕਿੱਦਾਂ ਸ਼ਰਮਸਾਰ ਹੋ ਰਹੀ ਆ ਤੁਸੀਂ ਆਪਣੇ ਵਿਚਾਰ ਸੱਲੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਇਸ ਸ਼ਖਸ ਦੇ ਵਾਸਤੇ ਜਿਨੇ ਕਾਨੂੰਨੀ ਹਰਕਤ ਕੀਤੀ ਆ ਉਸ ਨੂੰ ਲਾਂਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜ਼ਰੂਰ ਪਾਓ। ਹਸਪੁਰ ਤੋਂ ਖਬਰ ਆ ਰਹੀ ਹੈ ਜਿ ਜਿੱਥੇ ਕਰੋਨਾ ਕਾਰਨ ਮਰੇ ਵਿਅਕਤੀ ਦੇ ਪਿੰਡ ਦੇ ਨੇੜੇ ਰਾਤ ਦੇ ਸਮੇਂ ਸੁੱਟੇ ਗਿਆ ਜਿੱ ਧਮਕੀ ਭਰੇ ਪੱਤਰ ਸੋ ਜ਼ਿਲ੍ਹੇ ਦੇ ਬੇਟ ਇਲਾਕੇ ਚ ਕਰੋਨਾ ਵਾਇਰਸ ਦੇ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ ਦੇ ਕਾਰਨ ਲੋਕਾਂ ਚ ਫੈਲਿਆ ਡਰ ਜੇ ਖਤਮ ਨਹੀਂ ਹੋਇਆ ਸੀ ਕਿ ਬੀਤੀ ਰਾਤ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਇਲਾਕੇ ਦੇ ਇੱਕ ਪਿੰਡ ਚੋਂ ਮਲੌਨਾ ਅਕਬਰ ਦੇ ਨਾਮ ਹੇਠਾਂ ਧਮਕੀ ਭਰੇ ਪੱਤਰ ਸੁੱਟ ਕੇ ਇਲਾਕੇ ਚੋਂ ਮੂੜ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਤੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਪਿੰਡ ਚੋਂ ਪਹੁੰਚ ਕੇ ਉਕਤ ਪੱਤਰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਸਾਰੇ ਪਿੰਡ ਦੇ ਘਰਾਂ ਨੂੰ ਸੈਨੀਟਾਈਜ਼ਰ ਕਰਨਾ ਵੀ ਸ਼ੁਰੂ ਕਰ ਦਿੱਤਾ ਸੋ ਮਿਲੀ ਜਾਣਕਾਰੀ ਦੇ ਮੁਤਾਬਕ ਪਿੰਡ ਬਲਵੰਡੇ ਦੇ ਗੁਰਦੁਆਰੇ ਨੇੜੇ ਕਿਸੇ ਨੇ ਬੀਤੀ ਰਾਤ ਲਾਲ ਰੰਗ ਦੀ ਸ਼ਾਹੀ ਦੇ ਨਾਲ ਲਿਖੇ ਪੱਤਰ ਸੁੱਟੇ ਹਨ ਤੇ ਇੱਕ ਘਰ ਦੇ ਮਾਲਕ ਸ਼ੰਗਾਰਾ ਸਿੰਘ ਪੁੱਤਰ ਹਰਬੰਸ ਸਿੰਘ ਨੇ ਇਹ ਪੱਤਰ ਦੇਖ ਕੇ ਤੁਰੰਤ ਪਿੰਡ ਦੇ ਸਰਪੰਚ ਅਤੇ ਪੈਣੀ ਮੀਆਂ ਖਾਨ ਥਾਣਾ ਦੇ ਮੁਖੀ ਸੁਦੇਸ਼ ਕੁਮਾਰ ਨੂੰ ਜਾਣਕਾਰੀ ਦਿੱਤੀ ਸੋ ਇਸ ਪੱਤਰ ਚ ਮਿਲੀ ਧਮਕੀ ਤੇ ਜਾਣਕਾਰੀ ਮਿਲਦੇ ਹੀ ਪਿੰਡ ਅਤੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਪੱਤਰਾਂ ਦੇ ਵਿੱਚ ਦਿੱਤੀ ਗਈ ਧਮਕੀ ਜੀ ਉਹ ਪੰਜਾਬੀ ਦੇ ਵਿੱਚ ਸੀ ਤੇ ਜਿਨ੍ਹਾਂ ਦੇ ਵਿੱਚ ਲਿਖਿਆ ਹੋਇਆ ਸੀ ਕਿ ਮਲਾਉਨਾ ਅਕਬਰ ਦੇ ਪੰਜ ਬੰਦੇ ਇਸ ਜ਼ਿਲ੍ਹੇ ਚ ਆਏ ਹਨ ਤੇ ਲੋਕ ਜਿੰਨੀ ਮਰਜ਼ੀ ਪਹਿਰੇਦਾਰੀ ਕਰ ਲੈਣ ਉਹਨਾਂ ਦੇ ਸਾਰੇ ਗੇਟਾਂ ਨੂੰ ਕਰੋਨਾ ਲਾ ਦਿੱਤਾ ਹੈ ਉਹਨਾਂ ਨੇ ਇੱਥੇ ਕਿਸੇ ਨੂੰ ਜ਼ਿੰਦਾ ਨਹੀਂ ਦੇਖਣਾ ਬੇਹੱਦ ਘਟੀਆ ਸ਼ਬਦਾਵਲੀ ਅਤੇ ਗਲਤੀਆਂ ਭਰਪੂਰ ਇਸ ਪੱਤਰ ਨੂੰ ਲਿਖਣ ਵਾਲਾ ਵਿਅਕਤੀ ਜ਼ਿਆਦਾ ਪੜਿਆ ਲਿਖਿਆ ਵੀ ਨਹੀਂ ਲੱਗਦਾ ਪਰ ਇਸ ਪੱਤਰ ਨੇ ਹਾਲ ਦੀ ਘੜੀ ਲੋਕਾਂ ਦੇ ਵਿੱਚ ਦਹਿਸ਼ਤ ਜ਼ਰੂਰ ਪੈਦਾ ਕਰ ਦਿੱਤੀ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਦੇ ਸਹਾਰੇ ਜਾਂਚ ਸ਼ੁਰੂ ਕਰ ਦਿੱਤੀ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਲੋਕਾਂ ਨੂੰ ਚੌਕ ਚੌਕਸ ਵੀ ਕਰ ਦਿੱਤਾ ਤੇ ਪ੍ਰਸ਼ਾਸਨ ਦੇ ਵੱਲੋਂ ਅਫਵਾਹਾਂ ਤੋਂ ਸੁਚੇਤ ਰਹਿਣ ਦੇ ਲਈ ਅਪੀਲ ਆ শ্রোਤਿਆਂ ਲਈ ਸਵਾਲ ਆ ਜੀ ਇਦਾਂ ਦਾ ਕੰਮ ਕਿਸੇ ਸ਼ਰਾਰਤੀ ਅਨਸਰ ਦਾ ਜਾਣਬੁੱਝ ਕੇ ਆ ਜਾਂ ਇਦਾਂ ਹੋ ਸਕਦਾ ਸੋ ਆਪਣੇ ਵਿਚਾਰ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਦੀ ਕਾਰ ਹਾਦਸਾ ਗ੍ਰਸਤ ਵਾਲਵਲ ਬੱਚੇ ਜਵਾਨ ਏਸੀਪੀ ਦੇ ਗਨਮੈਨ ਦੇ ਸੰਪਰਕ ਚ ਆਏ ਨਾਨਕਾ ਪਰਿਵਾਰ ਦੀ ਰਿਪੋਰਟ ਆਈ 네ਗੇਟਿਵ ਤੇ ਸ਼੍ਰੀ ਹਰਮੰਦਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤੀ ਗਈ ਕਥਾ ਤੇ ਸ਼੍ਰੀ ਮੁਕਤਸਰ ਸਾਹਿਬ ਚੋਂ ਮੌਸਮ ਦੀ ਖਰਾਬੀ ਦੇ ਕਾਰਨ ਕੇਨਮਣ ਸ਼ੁਰੂ ਹੋਇਆ कोरोना मुक्त दिल्ली सरकार ने ओबोराय अपार्टमेंट नु एलानया कोविड-19 ਤੇ ਲੋਕ ਸਭਾ ਤੇ ਰਾਜ ਸਭਾ ਚ 30 ਦਿਨਾ ਬਾਅਦ ਕੰਮ ਕਰਨਾ ਸ਼ੁਰੂ ਮਣੀਪੁਰ ਹੋਇਆ করোনা ਮੁਕਤ ਨਹੀਂ ਰਹੇ ਉੱਗੇ ਵਿਅੰਗਕਰ ਬਲਦੇਵ ਸਿੰਘ ਆਜ਼ਾਦ করোনা ਦੀ ਜੰਗ ਹਾਰ ਚੁੱਕੇ ACP ਅਨਿਕ ਕੋਲੀ ਦੇ ਡਰਾਈਵਰ ਦੀ ਰਿਪੋਰਟ ਆਈ 네ਗੇਟਿਵ ਸੋ ਲੁਧਿਆਣੇ ਦੇ ACP ਅਨੰਦ ਕੋਲਦੀ ਦੇ ਡਰਾਈਵਰ ਦੀ ਰਿਪੋਰਟ ਜਿਹੜੇ ਪਰਮਜੀਤ ਸਿੰਘ ਵਾਸੀ ਚੋਵਾਸ ਜੇਖੇਪਲ ਦੀ ਕਰੋਨਾ ਵਾਇਰਸ ਬੰਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਉਹ ਸ਼ੀਦ ਉਦਮ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੰਜੇ ਕਾਮਰਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹਦਾਇਤ ਅਨੁਸਾਰ ਪਰਮਜੀਤ ਸਿੰਘ ਨੂੰ ਕਮਿਊਨਿਟੀ ਹੈਲਥ ਸੈਂਟਰ ਦੀ ਟੀਮ ਦੇ ਵੱਲੋਂ ਕਰੋਨਾ ਵਾਇਰਸ ਦੇ ਸ਼ੱਕ ਦੇ ਆਧਾਰ ਤੇ ਸਥਾਨਕ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦੇ ਵਿੱਚ ਭੇਜਿਆ ਗਿਆ ਸੀ ਪਰ ਜਿਸ ਦੀ ਰੀ ਸੈਂਪਲਿੰਗ ਕਰਕੇ ਸੈਂਪਲ ਜਾਂਚ ਦੇ ਲਈ ਲੈਬਾਰਟਰੀ ਭੇਜੇ ਜਾ ਚੁੱਕੇ ਹਨ ਅਤੇ ਹੁਣ ਰਿਪੋਰਟ ਹੈ ਜਿਹੜੀ ਉਹ 네ਗੇਟਿਵ ਆਈ ਹੈ ਉਸ ਤੋਂ ਬਾਅਦ ਜੀ ਰਾਹਤ ਭਰੀ ਖਬਰ 15 ਜਣਿਆਂ ਦੀ ਰਿਪੋਰਟ ਆਈ 네ਗੇਟਿਵ ਸੋ ਫਿਰੋਜ਼ਪੁਰ ਤੋਂ ਖਬਰ ਆ ਰਹੀ ਹੈ ਜੀ ਕਰੋਨਾ ਦੀ جنگ ਹਾਰ ਚੁੱਕੇ ACP ਅਨਲ ਕੁਮਾਰ ਦੇ ਗਨਮੈਨ ਕਰੋਨਾ ਪੋਜ਼ਿਟਿਵ ਪਾਏ ਗਏ ਪ੍ਰਭਜੋਤ ਸਿੰਘ ਵਾਸੀ ਭਾਈਕੇਵੜਾ ਦੇ ਪਰਿਵਾਰਕ ਮੈਂਬਰਾਂ ਸਮੇਤ 15 ਪਿੰਡ ਵਾਸੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਉਕਤ ਖਬਰ ਫਿਰੋਜ਼ਪੁਰ ਵਾਸੀਆਂ ਦੇ ਲਈ ਰਾਹਤ ਭਰੀ ਹੈ ਜਿਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਕਲਵੰਤ ਸਿੰਘ ਨੇ ਦਿੱਤੀ ਤੇ ਜਾਣਕਾਰ ਦੱਸਣਯੋਗ ਹੈ ਕਿ ਪਿੰਡ ਦੇ ਵਿੱਚੋਂ 35 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ ਤੇ ਜਿਨ੍ਹਾਂ ਦੇ ਵਿੱਚੋਂ 15 ਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਜਦਕਿ 20 ਜਣਿਆਂ ਦੀ ਰਿਪੋਰਟ ਆਉਣੀ ਹਲੇ ਬਾਕੀ ਹੈ ਉਸ ਤੋਂ ਬਾਅਦ ਜੀ ਅਗਲੀ ਖਬਰ ਆ ਰਹੀ ਹੈ ਜੀ ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਦੇ ਕਾਰਨ ਪਿਛਲੇ 24 ਘੰਟਿਆਂ ਵਿੱਚ 1997 ਰਿਪੋਰਟਾਂ ਤੇ ਤਬਲੀਗੀ ਜਮਾਤ ਦੇ ਨਾਲ ਸੰਬੰਧਿਤ ਦੋ ਔਰਤਾਂ ਦੀ ਰਿਪੋਰਟ ਆਈ 네ਗੇਟਿਵ ਤੇ ਯੂਕੇ ਦੇ ਵਿੱਚ ਵੀ ਕੋਵਿਡ-19 ਦੇ ਕਰਕੇ 596 ਹੋਰ ਮੌਤਾਂ ਕੈਪਟਨ ਦੇ ਵੱਲੋਂ 3 ਮਈ ਤੱਕ ਕਰਫਿਊ ਨੂੰ ਕਿਸੇ ਵੀ ਤਰ੍ਹਾਂ ਦੀ থিল ਨਾ ਦੇਣ ਦੇ ਲਈ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸ਼ਕਤੀ ਦੇ ਨਾਲ ਕਰਫਿਊ ਦੇ ਹੁਕਮ ਲਾਗੂ ਕਰਵਾਉਣ ਦੀ ਦਿੱਤੀ ਲਾਗੂ ਕਰਵਾਉਣ ਦੇ ਲਈ ਕਿਹਾ ਗਿਆ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੀ ਅਗਲੀ ਵੀਡੀਓ ਦੇ ਵਿੱਚ ਹੋਰ ਨਵੇਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ